ਗੁੱਡ ਈਵਨਿੰਗ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ ਸਟੱਡੀ ਚੈਨਲ ਦੇ ਵਿੱਚ ਆਰ ਐਚ ਸਟੱਡੀ ਦੇ ਵਿੱਚ ਆਪਣੀ ਕਲਾਸਾਂ ਨਾ ਇਸ ਤੋਂ ਪਹਿਲਾਂ ਜੋ ਆਪਾਂ ਨੇ ਪੂਰੀ ਕੀਤੇ ਨੇ ਮੁਗਲ ਸਾਮਰਾਜ ਦੇ ਨਾਲ ਕੀਤੀ ਸੀ ਜੋ ਪੂਰਬ ਮੁਗਲ ਤੇ ਉੱਤਰ ਮੁਗਲ ਕਾਲ ਦੀ ਹੈ ਨਾ ਆਪਾਂ ਸਾਰੀ ਟੋਟਲ ਕਰ ਲਈਏ ਸੀ ਭਾਵਨ ਨਿਰਮਾਣ ਕਲਾ ਵਾਰੀ ਜੋ ਪਹਿਲਾਂ ਵਾਲੇ ਮੁਗਲ ਸੀ ਜਾਂ ਜੋ ਪਿੱਛੇ ਸੀ ਹੈ ਨਾ ਉਹਨਾਂ ਵਾਰੀ ਵੀ ਆਪਾਂ ਕੱਲ੍ਹ ਤੱਕ ਪਰਸੋਂ ਤੱਕ ਆਪਣੇ ਸਾਰੇ ਟਾਪਿਕ ਜਿਹੜੇ ਕਵਰ ਕਰ ਲਏ ਕੱਲ੍ਹ ਆਪਣੀ ਕਲਾਸ ਨਹੀਂ ਲੱਗੀ ਅੱਜ ਜਿਹੜਾ ਆਪਣਾ ਨਵਾਂ ਟਾਪਿਕ ਸਟਾਰਟ ਹੋਣ ਜਾ ਰਿਹਾ ਆਪਾਂ ਕਰਾਂਗੇ ਦਿੱਲੀ ਸਲਤਨਤ ਤੋਂ ਦਿੱਲੀ ਸਲਤਨਤ ਦੇ ਨਾਲ ਆਪਾਂ ਸਟਾਰਟ ਕਰਾਂਗੇ ਅੱਜ ਦਾ ਆਪਣਾ ਫਰਸਟ ਟਾਪਿਕ ਹੈ ਜੀ ਦੇਖੋ ਜੇਕਰ ਹਾਲੇ ਤੱਕ ਵੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਜਿਹੜੀ ਆਉਣ ਵਾਲੀ ਕੋਈ ਵੀ ਵੀਡੀਓ ਦੀ ਅਪਡੇਟ ਹੈ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਆਓ ਸਟਾਰਟ ਕਰਦੇ ਹਾਂ ਆਪਣੀ ਅੱਜ ਦੀ ਨੈਕਸਟ ਵੀਡੀਓ ਅੱਜ ਦਾ ਫਰਸਟ ਕੁਐਸਚਨ ਹੈ ਜੀ ਦੇਖੋ ਇਹ ਨਾ ਤੁਸੀਂ ਐ ਨਾ ਮੰਨਿਓ ਵੀ ਕੀਤਾ ਤਾਂ ਮੈਨੇ ਜਿਵੇਂ ਆਪਾਂ ਕਹਿੰਦੇ ਮੇਨ ਮੇਨ ਚੀਜ਼ਾਂ ਹਨ ਪਰ ਇਹ ਕੋਈ ਕੁਐਸਚਨ ਹੈ ਇਸ ਤਰ੍ਹਾਂ ਨਹੀਂ ਜਿਹਦੇ ਵਿੱਚੋਂ ਹੁਣ ਦਾ ਪਤਾ ਕੀ ਹੈਗਾ ਜਿਵੇਂ ਮੈਨੇ ਇੱਕ ਲਾਈਨ ਲਿਖੀ ਹੋਈ ਹੈ ਇਹਦੇ ਵਿੱਚੋਂ ਹੀ ਕਈ ਕੁਐਸਚਨ ਬਣ ਜਾਂਦੇ ਨੇ ਹੁਣ ਦੇਖੋ 1206 ਤੋਂ ਲੈ ਕੇ 1526 ਤੱਕ ਹੁਣ ਧਿਆਨ ਨਾਲ ਸੁਣ 1206 ਤੋਂ ਲੈ ਕੇ 1526 ਤੱਕ ਉੱਤਰ ਭਾਰਤ ਦੇ ਵਿੱਚ ਕਹਿੰਦੇ ਦਿੱਲੀ ਸਲਤਨਤ ਦੇ ਸ਼ਾਸਕਾਂ ਨੇ ਰਾਜ ਕੀਤਾ ਉੱਤਰ ਭਾਰਤ ਦੇ ਉੱਪਰ ਦਿੱਲੀ ਸਲਤਨਤ ਦੇ ਸ਼ਾਸਕਾਂ ਨੇ ਰਾਜ ਕੀਤਾ ਕਿੰਨੇ ਤੋਂ ਕਿੰਨੇ ਤੱਕ 1206 ਤੋਂ ਲੈ ਕੇ 1526 ਤੱਕ ਠੀਕ ਹੈ ਉਸ ਤੋਂ ਬਾਅਦ ਦੇਖੋ ਦਿੱਲੀ ਸਲਤਨਤ ਦੇ ਉੱਪਰ ਕਹਿੰਦੇ ਤੁਰਕੀ ਅਤੇ ਅਫਗਾਨਾਂ ਦੇ ਜੋ ਵੰਸ਼ ਹੋਏ ਨੇ ਇੱਕ ਤੁਰਕੀ ਸੀ ਤੇ ਇੱਕ ਅਫਗਾਨ ਇਹਨਾਂ ਦੇ ਜਿਹੜੇ ਆਪਾਂ ਕਹਿ ਸਕਦੇ ਅੱਗੇ ਦੀ ਅੱਗੇ ਜਿਹੜੇ ਵੰਸ਼ ਛਲੇ ਨੇ ਉਹਨਾਂ ਨੇ ਦਿੱਲੀ ਦੇ ਉੱਪਰ ਰਾਜ ਕੀਤਾ ਦੇ ਕੀ ਕਹਾ ਇਹਨੇ ਦਾਸ ਵੰਸ਼ ਜਾਂ ਗੁਲਾਮ ਵੰਸ਼ ਕਹਾਈ ਨਹੀਂ ਦਾਸ ਜਾਂ ਗੁਲਾਮ ਹੁੰਦੇ ਸੀ ਇਹ ਭਾਵ ਰਾਜਿਆਂ ਦੇ ਉਹ ਜਿਹੜੇ ਦਾਸ ਹੁੰਦੇ ਨੇ ਨਾ ਗੁਲਾਮ ਉਹਨਾਂ ਤੋਂ ਇੱਕ ਗੁਲਾਮ ਕੀ ਬਣ ਗਿਆ ਰਾਜਾ ਤਾਂ ਹੁਣ ਜਿਹੜੀ ਅੱਗੇ ਪੀੜ੍ਹੀਆਂ ਚੱਲਣਗੀਆਂ ਉਹ ਕੀ ਹੋਊਗਾ ਦਾਸਿਕ ਹੋਣੀਆਂ ਗੁਲਾਮਿਕ ਹੋਣੀਆਂ ਇਹ ਤਾਂ ਆਪਣੀ ਇੰਡੀਆ ਦੀ ਪਰੰਪਰਾ ਹੈ ਕਿ ਜਿਹੜੀ ਚੀਜ਼ ਇੱਕ ਜਾਨ ਦੇ ਪਿੱਛੇ ਪੈ ਗਈ ਨਾ ਚਾਹੇ ਕੋਈ ਉਲਟਾ ਨਾਮ ਲਾ ਲਓ ਜਾਂ ਕੋਈ ਵੀ ਚੀਜ਼ ਲਾ ਲਓ ਹੈਨਾ ਜਾਂ ਜਾਤੀ ਲਾ ਲਓ ਤਾਂ ਉਹ ਮਰਨ ਤੱਕ ਪਿੱਛੇ ਪਈ ਰਹਿੰਦੀ ਹੈ ਮਰਨ ਤੋਂ ਬਾਅਦ ਕੀ ਪੀੜ੍ਹੀਆਂ ਦੀ ਪੀੜ੍ਹੀਆਂ ਉਸ ਚੀਜ਼ ਨੂੰ ਭੋਗਦੀਆਂ ਨੇ ਹੁਣ ਇਸੇ ਤਰ੍ਹਾਂ ਇਹਨਾਂ ਦਾ ਚੱਲ ਰਿਹਾ ਸੀ ਚਾਹੇ ਕਿੰਨੇ ਵੱਡੇ ਰਾਜੇ ਬਣੇ ਨੇ ਕੁਝ ਵੀ ਇਹਨਾਂ ਨੇ ਕੀਤਾ ਕਿੰਨੀ ਵੀ ਇਮਾਰਤਾਂ ਬਣਵਾਈਆਂ ਨੇ ਪਰ ਕੀ ਨਾਮ ਇਹਨਾਂ ਦੇ ਨਾਲ ਜੁੜੇ ਰਿਹਾ ਉਹ ਆਪਾਂ ਕਹਿ ਸਕਦੇ ਆ ਦਾਸ ਦਾਸ ਜਾਂ ਕਿਸੇ ਕੋਰ ਗੁਲਾਮ ਹਨਾ ਉਹ ਚੀਜ਼ ਇਹਨਾਂ ਦੇ ਨਾਲ ਜੁੜੀ ਹੋ ਰਹੀ ਹੈ ਤਾਂ ਕਰਕੇ ਕੀ કહਾਏ ਨੇ ਗੁਲਾਮ ਵੰਸ਼ ਜਾਂ ਦਾਸ ਵੰਸ਼ ਠੀਕ ਹੈ ਜੀ ਹੁਣ ਦੇਖੋ ਦਿੱਲੀ ਦੇ ਉੱਪਰ ਕਿਹੜੇ ਕਿਹੜੇ ਵੰਸ਼ਾਂ ਨੇ ਰਾਜ ਕੀਤਾ ਉਹਨਾਂ ਬਾਰੇ ਪੜ੍ਹਨੇ ਨੇ ਸਭ ਤੋਂ ਪਹਿਲਾ ਕਿਹੜਾ ਹੈ ਗੁਲਾਮ ਵੰਸ਼ ਗੁਲਾਮ ਵੰਸ਼ 1206 ਤੋਂ ਲੈ ਕੇ 1290 ਤੱਕ 1206 ਤੋਂ 1290 ਤੱਕ ਗੁਲਾਮ ਵੰਸ਼ ਨੇ ਰਾਜ ਕੀਤਾ ਉਸ ਤੋਂ ਬਾਅਦ ਖਿਲਜੀ ਵੰਸ਼ 1290 ਤੋਂ ਲੈ ਕੇ 1320 ਤੱਕ ਤੁਗਲਕ ਵੰਸ਼ ਰਿਹਾ 1320 ਤੋਂ ਲੈ ਕੇ 1414 ਤੱਕ ਸੱਧਿਆ ਵੰਸ਼ ਰਿਹਾ 1414 ਤੋਂ 1451 ਤੱਕ ਲੋਧੀ ਵੰਸ਼ ਰਿਹਾ 1451 ਤੋਂ ਲੈ ਕੇ 1526 ਤੱਕ ਠੀਕ ਹੈ ਜੀ ਜਿਹੜੇ ਇਹ ਆਪਣੇ 5 ਰਹੇ ਨੇ ਪੰਜ ਵੰਸ਼ਾਂ ਨੇ ਦਿੱਲੀ ਦੇ ਉੱਪਰ 1206 ਤੋਂ ਲੈ ਕੇ 1526 ਤੱਕ ਰਾਜ ਕੀਤਾ ਹੈ ਹੁਣ ਇਸ ਤੋਂ ਬਾਅਦ ਦੇਖੋ ਆਪਾਂ ਜੇ ਸਟਾਰਟ ਕਰਾਂਗੇ ਗੁਲਾਮ ਵੰਸ਼ ਦੀ ਵਾਰੀ ਠੀਕ ਹੈ ਜੀ ਗੁਲਾਮ ਵੰਸ਼ ਗੁਲਾਮ ਵੰਸ਼ ਨੂੰ ਕਹਿੰਦੇ ਇਲਬਰੀ ਮਾਮਲੂਕ ਅਤੇ ਦਾਸ ਵੰਸ਼ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ ਦੇਖੋ ਇਲਬਰੀ ਮਾਮਲੂਕ ਜਾਂ ਦਾਸ ਵੰਸ਼ ਦੇ ਨਾਵਾਂ ਨਾਲ ਵੀ ਜਾਣੇ ਜਾਂਦੇ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਦਾਸ ਵੰਸ਼ ਦੇ ਵਿੱਚ ਕੁਤਬਦੀਨ ਐਬਕ ਵਾਰੀ ਜਾਂ ਗੁਲਾਮ ਵੰਸ਼ ਦੇ ਵਿੱਚ 1206 ਤੋਂ ਲੈ ਕੇ 1210 ਤੱਕ ਸਿਰਫ 4 ਸਾਲ ਦਾ ਕਾਰਜਕਾਲ ਸੀ ਇਸਦਾ ਸਿਰਫ 4 ਸਾਲ ਦਾ ਹੁਣ ਦੇਖੋ ਕਹਿੰਦੇ ਇਹ ਦਿੱਲੀ ਦਾ ਪਹਿਲਾ ਤੁਰਕ ਸ਼ਾਸਕ ਸੀ ਦਿੱਲੀ ਦਾ ਪਹਿਲਾ ਤੁਰਕ ਸ਼ਾਸਕ ਕੁਤਬਦੀਨ ਐਬਕ ਹੁਣ ਦੇਖੋ ਇਹਦੇ ਵਿੱਚ ਦੋ ਕੁਐਸਚਨ ਬਣਦੇ ਨੇ ਜਿਵੇਂ ਪਹਿਲਾਂ ਪੁੱਛਿਆ ਜਾਵੇ ਦਿੱਲੀ ਦਾ ਪਹਿਲਾ ਕਿਹੜੇ ਵੰਸ਼ ਦਾ ਰਾਜਾ ਆਇਆ ਤੁਰਕ ਦਾ ਪਹਿਲਾ ਕੁਸਚਨ ਉਸ ਤੋਂ ਬਾਅਦ ਬਣਦਾ ਦਿੱਲੀ ਦਾ ਪਹਿਲਾ ਸ਼ਾਸਕ ਕਿਹੜਾ ਬਣਿਆ ਕੁਤਬਦੀਨ ਐਬਕ ਦੋ ਬਣ ਗਏ ਸੀ ਦੇ ਵਿੱਚ ਅਹੀ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ 1206 ਦੇ ਵਿੱਚ ਕਹਿੰਦੇ ਮੁਹੰਮਦ ਗੋਰੀ ਦੀ ਮੌਤ ਤੋਂ ਬਾਅਦ ਇਸ ਨੇ ਖੁਦ ਨੂੰ ਲਾਹੌਰ ਦੇ ਵਿੱਚ ਇੱਕ ਸੁਤੰਤਰ ਸ਼ਾਸਕ ਘੋਸ਼ਿਤ ਕਰ ਲਿਆ 1206 ਦੇ ਵਿੱਚ ਮੁਹੰਮਦ ਗੋਰੀ ਦੀ ਮੌਤ ਹੋਈ ਹੈ ਜਦੋਂ ਤਾਂ ਇਹਨੇ ਲਾਹੌਰ ਦੇ ਵਿੱਚ ਖੁਦ ਨੂੰ ਕੀ ਕਰ ਲਿਆ ਇੱਕ ਸੁਤੰਤਰ ਸ਼ਾਸਕ ਘੋਸ਼ਿਤ ਕਰ ਲਿਆ ਹੁਣ ਦੇਖੋ ਕਨੈਸ ਨੇ ਆਪਣਾ ਰਾਜਯੋਗ ਅਭਿਸ਼ੇਕ ਜਿਹੜਾ 14 ਜੂਨ ਜਾਂ 25 ਸੌਰੀ 24 ਜੂਨ ਜਾਂ 25 ਜੂਨ ਵੀ ਹੁੰਦਾ ਕਿਤੇ 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 24 ਜੂਨ ਵੀ ਲਿਖਿਆ ਮਿਲ ਜਾਂਦਾ ਹੈ ਤੁਹਾਨੂੰ ਕਿਤੇ ਕਿਤੇ 25 ਵੀ ਲਿਖਿਆ ਮਿਲੂਗਾ 24 ਜੂਨ 1206 ਦੇ ਵਿੱਚ ਕਰਵਾਇਆ ਅਤੇ ਲਾਹੌਰ ਨੂੰ ਹੀ ਆਪਣੀ ਕੀ ਬਣਾਇਆ ਇਸਨੇ ਰਾਜਸਥਾਨੀ ਬਣਾਇਆ ਉਸ ਤੋਂ ਬਾਅਦ ਦੇਖੋ ਹੁਣ ਜੇਕਰ ਆਪਾਂ ਦੀ ਲਾਈਫ ਟਾਈਮ ਕਿੰਨਾ ਰਿਹਾ ਸਿਰਫ 4 ਸਾਲੀ ਰਾਜਕਾਲ ਕੀਤਾ ਨਾ ਜਿਹੜਾ ਟਾਈਮ ਪੀਰੀਅਡ ਇਹ ਰਿਹਾ ਸਿਰਫ 4 ਸਾਲ ਹੈ। ਇਨ੍ਹਾਂ 4 ਸਾਲਾਂ ਦੇ ਵਿੱਚ ਇਹਨੇ ਕਿਹੜੇ-ਕਿਹੜੇ ਮਹੱਤਵਪੂਰਨ ਕੰਮ ਕੀਤੇ ਨੇ ਆਪੋਨਾਂ ਬਾਰੇ ਪੜਾਂਗੇ ਦੇਖੋ। ਕুতਬਦੀਨ ਐਵਕ ਨੇ ਕਹਿੰਦੇ ਕুতਬ ਮিনার ਦਾ ਜਿਹੜਾ ਨਿਰਮਾਣ ਕਾਰਜ ਆਰੰਭ ਕਰਵਾਇਆ ਸੀ। ਕুতਬ ਮিনার ਦਾ ਨਿਰਮਾਣ ਕਾਰਜ ਆਰੰਭ ਕਰਵਾਇਆ ਪਰ ਇਹਨੂੰ ਪੂਰਾ ਨਹੀਂ ਕਰਵਾ ਸਕਿਆ ਸੀ ਉਸ ਤੋਂ ਪਹਿਲਾਂ ਕੀ ਹੋ ਗਈ ਸੀ ਇਸਦੀ ਮੌਤ ਹੋ ਗਈ ਸੀ ਤੇ ਪੂਰਾ ਕਿਹਨੇ ਕਰਵਾਇਆ ਸੀ ਇਹਨੂੰ? ਇਲਤੋਤੂ ਮੇਸ਼ਨੀ ਠੀਕ ਹੈ ਜੀ ਇਲਤੋਤੂ ਮੇਸ਼ ਜੋ ਉਸ ਤੋਂ ਅਗਲਾ ਸ਼ਾਸਕ ਬਣੇਗਾ। ਇਸ ਤੋਂ ਬਾਅਦ ਦੇਖੋ ਜਿਹੜੀ ਇਹ ਮিনার ਸੀ ਕੁਤਬਦੀਨ ਐਵਕਦਿਨ ਦੁਆਰਾ ਬਣਵਾਈ ਹੋਈ ਜਾਂ ਸ਼ੁਰੂ ਕਰਵਾਈ ਹੋਈ ਕਿਹੜੀ ਕੁਤਬ ਮিনার ਉਹ 234 ਫੁੱਟ ਉੱਚੀ ਮিনার ਸੀ 234 ਫੁੱਟ ਉੱਚੀ ਮিনার ਸੀ ਤੇ ਪੰਜ ਮੰਜ਼ਲਾ ਸੀ ਠੀਕ ਹੈ ਜੀ ਉਹ ਦੇਖੋ ਕੁਤਬ ਮিনার ਦੀ ਜਿਹੜੀ ਪਹਿਲੀ ਮੰਜ਼ਲ ਸੀ ਕਿਹਨੇ ਸਟਾਰਟ ਕਰਵਾਈ ਸੀ ਕੁਤਬਦੀਨ ਐਵਕ ਨੇ ਉਸ ਤੋਂ ਬਾਅਦ ਅੱਥੋਂ ਕੀ ਦੀ ਪਹਿਲੀ ਜਿਹੜੀ ਮੰਜ਼ਲੀ ਲੱਗੀ ਕੁਤਬਦੀਨ ਐਵਕ ਨੇ ਬਣਵਾਈ ਦੂਸਰੀ ਤੋਂ ਲੈ ਕੇ ਚੌਥੀ ਦੂਸਰੀ ਤੀਸਰੀ ਤੇ ਚੌਥੀ ਤਿੰਨ ਸੀ ਜਿਹੜੀਆਂ ਦੂਸਰੀ ਤੀਸਰੀ ਚੌਥੀ ਕਿਹਨੇ ਬਣਵਾਈ ਏਲਤੋ ਤੁਮੇਸ਼ ਨੇ ਅਤੇ ਜਿਹੜੀ ਪੰਜਵੀਂ ਸੀ ਫਿਰੋਜ਼ ਸ਼ਾ ਤੁਗਲਕ ਨੇ ਬਣਾਈ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਦਿੱਲੀ ਦੇ ਵਿੱਚ ਕਹਿੰਦੇ ਕুতਬ ਉਲ ਇਸਲਾਮ ਮਸਜਿਦ ਦਾ ਨਿਰਮਾਣ ਕਰਵਾਇਆ ਇਸ ਨੇ ਕুতਬ ਉਲ ਇਸਲਾਮ ਮਸਜਿਦ ਦਾ ਵੀ ਨਿਰਮਾਣ ਕਰਵਾਇਆ ਅਜਮੇਰ ਦੇ ਵਿੱਚ ਢਾਈ ਦਿਨ ਦਾ ਝੋਪੜਾ ਬਣਵਾਇਆ ਢਾਈ ਦਿਨ ਦਾ ਝੋਪੜਾ ਇਹ ਪਤਾ ਢਾਈ ਦਿਨ ਦਾ ਝੋਪੜਾ ਕੀ ਕਹਿੰਦੇ ਨੇ ਕਦੇ ਇੱਕ ਵਾਰ ਨਾ ਕਿਤੇ ਇਹ ਗਏ ਹੋਣਗੇ Rajasthan ਕਨੀ ਤਾਂ ਉੱਥੇ ਕੀ ਕਰ ਸੀ ਜਿਹੜਾ ਢਾਈ ਦਿਨ ਦਾ ਝੋਪੜਾ ਇਹਨੂੰ ਕਿਹਾ ਗਿਆ ਢਾਈ ਦਿਨਾਂ ਦੇ ਵਿੱਚ ਬਣਾਇਆ ਗਿਆ ਸੀਗਾ ਇਹ ਢਾਈ ਦਿਨਾਂ ਦੇ ਵਿੱਚ ਤਿਆਰ ਕੀਤੀ ਹੋਈ ਇਮਾਰਤ ਹੈ ਇਹ ਕੋਈ ਝੋਪੜਾ ਟਾਈਪ ਦੀ ਨਹੀਂ ਹੈਗੀ ਬਲਕਿ ਬਹੁਤ ਸੋਹਣੀ ਬਣਾਈ ਹੋਈ ਵੈਸੇ ਕਹਿੰਦੇ ਨੇ ਢਾਈ ਦਿਨ ਦਾ ਝੋਪੜਾ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਕੋਤਬਦੀਨ ਐਵਕ ਨੂੰ ਲਖ ਬਖਸ਼ ਦੇ ਨਾਮ ਨਾਲ ਵੀ ਜਾਣਿਆ ਜਾਂਦਾਗਾ ਭਾਵ ਲੱਖਾਂ ਦਾ দান ਕਰਨ ਵਾਲਾ ਇੱਕ ਖੁੱਲੇ ਦਿਲ ਦਾ ਸੀਗਾ ਜਿਹਦੇ ਕੋ ਗਰੀਬ ਇਹਦੇ ਦਰਬਾਰ ਦੇ ਵਿੱਚ ਮੰਗਣ ਆਉਂਦਾ ਸੀ ਨਾ ਕੁਛ ਤਾਂ ਇਹ ਲੱਖਾਂ ਦੀ ਲੱਖਾਂ দান ਕਰਦਾ ਸੀਗਾ ਉਸ ਤੋਂ ਬਾਅਦ ਦੇਖੋ ਇਹ ਇੱਕ ਬਹੁਤ ਹੀ ਭਾਗਾ ਵਾਲਾ ਸ਼ਾਸਕ ਸੀਗਾ ਜੋ ਦਾਸ ਬਣ ਕੇ ਵੀ ਰਾਜੇ ਦੇ ਫੌਜੀ ਅਭਿਆਨਾਂ ਦਾ ਸ਼ਾਸਕ ਵਾ ਸਹਾਇਕ ਬਣਿਆ ਅਤੇ ਫਿਰ ਦਿੱਲੀ ਦਾ ਸੁਲਤਾਨ ਠੀਕ ਹੈ ਜੀ ਦਾਸ ਬਣ ਕੇ ਵੀ ਕੀ ਰਿਹਾ ਹੈ ਰਾਜੇ ਦੇ ਫੌਜੀ ਅਭਿਆਨਾਂ ਦਾ ਸਹਾਇਕ ਬਣਿਆ ਅਤੇ ਫਿਰ ਕੀ ਬਣਿਆ ਦਿੱਲੀ ਦਾ ਸੁਲਤਾਨ ਉਸ ਤੋਂ ਬਾਅਦ ਦੇਖੋ ਇਹਦਾ ਜਨਮ ਤੁਰਕ ਦੇ ਵਿੱਚ ਹੋਇਆ ਤੁਰਕੀ ਦੇ ਵਿੱਚ ਹੋਇਆ ਇਹ ਤੁਰਕਿਸਤਾਨ ਦਾ ਕੀ ਸੀਗਾ ਨਿਵਾਸੀ ਸੀਗਾ ਇਸਦੇ ਮਾਤਾ ਪਿਤਾ ਤੁਰਕ ਸੀਗੇ ਇਹਦੇ ਸਮੇਂ ਕਹਿੰਦੇ ਇਹਦੇ ਖੇਤਰ ਦੇ ਵਿੱਚ ਨਾ ਜਦੋਂ ਇਹਦਾ ਜਨਮ ਹੋਇਆ ਉੱਥੇ ਤੁਰਕੀ ਦੇ ਵਿੱਚ ਇਹਦੇ ਜਨਮ ਦੇ ਸਮੇਂ ਕੀ ਸੀਗਾ ਉਸ ਟਾਈਮ ਤੇ ਉੱਥੋਂ ਦੇ ਲੋਕਾਂ ਨੂੰ ਕੀ ਕਰਦੇ ਵੇਚਣ ਦਾ ਰਿਵਾਜ ਸੀਗਾ ਵਪਾਰ ਬੰਦਿਆਂ ਦਾ ਵਪਾਰ ਹੁੰਦਾ ਸੀ ਉਦੋਂ ਉੱਥੇ ਤਾਂ ਇਹ ਵੀ ਕੀ ਬਣਿਆ ਉਸ ਪ੍ਰਥਾ ਦਾ ਸ਼ਿਕਾਰ ਬਣਿਆ ਹੁਣ ਦੇਖੋ ਕਈ ਵਾਰ ਇਹਨੇ ਇੱਕ ਕਹਾਵਤ ਹੈ ਦੇਵਾਰੀ ਸਟੋਰੀ ਹੁਣ ਆਪਾਂ ਨੂੰ ਨਹੀਂ ਪਤਾ ਸੱਚ ਹੈ ਝੂਠ ਹੈ ਇਹ ਕਿਹਾ ਜਾਂਦਾ ਕਿ ਇਹ ਕੀ ਸੀਗਾ ਖੁਦ ਇੱਕ ਦਾਸ ਦੇ ਰੂਪ ਚ ਵਿਕਿਆ ਸੀਗਾ ਇਹ ਦੋ ਥਾਂ ਤੇ ਵਿਕਿਆ ਸੀ ਪਰ ਜਦੋਂ ਦੂਸਰੀ ਵਾਰ ਕਿਸੇ ਨੇ ਇਹਨੂੰ ਖਰੀਦਿਆ ਨਾ ਜਿਹੜਾ ਉਹ ਬੰਦਾ ਸੀ ਕਹਿੰਦੇ ਬਹੁਤ ਜਿਆਦਾ ਦਿਆਲੂ ਸੀਗਾ ਉਹਨੇ ਕੀ ਕੀਤਾ ਸੀਗਾ ਇਹਨੂੰ ਜਿਹੜੇ ਫੌਜੀ ਅਭਿਆਨ ਭਾਵ ਆਪਣੀ ਜਿਹੜੀ ਰਾਜ ਦੇ ਵਿੱਚ ਫੌਜੀ ਅਭਿਆਨਾਂ ਵਾਸਤੇ ਰੱਖਿਆ ਸੀ ਇਸਨੂੰ ਇਹਦਾ ਵਧੀਆ ਪਾਲਣ ਪੋਸ਼ਣ ਕੀਤਾ ਪੜਾਇਆ ਲਿਖਾਇਆ ਇਸਨੂੰ ਉਸ ਤੋਂ ਬਾਅਦ ਦੇਖੋ ਕੁਤਬਦੀਨ ਐਵਕ ਨੂੰ ਕਹਿੰਦੇ ਕੁਰਾਨਖਾਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਕਿਉਂਕਿ ਇਸ ਨੂੰ ਕੁਰਾਨ ਗਾਉਣ ਦਾ ਸ਼ੌਕ ਸੀ ਮੂੰਜਵਾਨੀ ਹੁਣ ਦੇਖੋ ਜਦੋਂ ਰਾਜ ਨੇ ਇਹਨੂੰ ਆਪਣੇ ਰਾਜ ਦੇ ਵਿੱਚ ਖਰੀਦ ਲਿਆ ਹਨ ਇਹਦਾ ਵਧੀਆ ਪਾਲਣ ਪੋਸ਼ਣ ਕੀਤਾ ਤਾਂ ਉੱਥੇ ਕੀ ਕਰਦਾ ਸੀਗਾ ਜਿਹੜੀ ਕਹਿੰਦੇ ਕੁਰਾਨ ਸੀ ਨਾ ਸਾਰੀ ਕੁਰਾਨ ਇਹਦੇ ਮੂੰਜਵਾਨੀ ਜਾ ਸੀਗੀ ਪੜਨ ਦੀ ਵੀ ਇਹਨੂੰ ਲੋੜ ਨਹੀਂ ਸੀ ਭਾਵੇਂ ਦੇਖ ਕੇ ਪੜਦਾ ਨਹੀਂ ਸੀਗਾ ਇਹਦੇ ਮੂੰਜਵਾਨੀ ਰੱਟੀ ਹੋਈ ਸੀਗੀ ਤਾਂ ਇਹ ਕਹਿੰਦੇ ਦੀ ਆਵਾਜ਼ ਇੰਨੀ ਜ਼ਿਆਦਾ ਸੁਰੀਲੀ ਸੀ ਨਾ ਜਿਹਦੇ ਵੀ ਕੋਈ ਸਮੇਲਨ ਹੁੰਦਾ ਸੀ ਜੇ ਸਵਾ ਦੇ ਵਿੱਚ ਕੋਈ ਵੀ ਇਕੱਠ ਹੁੰਦਾ ਸੀ ਨਾ ਉੱਥੇ ਰਾਜੇ ਦੇ ਸਾਹਮਣੇ ਦਰਬਾਰ ਸਜਦਾ ਸੀ ਤਾਂ ਇਹਨੂੰ ਦਰਬਾਰ ਦੇ ਵਿੱਚ ਬੁਲਾ ਕੇ ਕੁਰਾਨ ਗਾਉਣ ਦੇ ਵਾਸਤੇ ਬੁਲਾਇਆ ਜਾਂਦਾ ਸੀ ਤਾਂ ਇਹ ਕੀ ਕਰਦਾ ਸੀ ਆਪਣੀ ਆਵਾਜ਼ ਦੇ ਵਿੱਚ ਕੁਰਾਨ ਨੂੰ ਗਾ ਕੇ ਸੁਣਾਉਂਦਾ ਸੀਗਾ ਤਾਂ ਉੱਥੇ ਉਹਦਾ ਨਾਮ ਕੀ ਪਿਆ ਸੀਗਾ ਕੁਰਾਨ ਖਾਨ ਠੀਕ ਹੈ ਜੀ ਇਹਨੂੰ ਕੁਰਾਨ ਖਾਨ ਦੇ ਨਾਲ ਮੇਰਾ ਨਾਮ ਨਾਲ ਵੀ ਜਾਣਿਆ ਜਾਂਦਾ ਹੈਗਾ ਤਾਂ ਇਹ ਖੁਦ ਵੀ ਇੱਕ ਦਾਸ ਪ੍ਰਥਾ ਦਾ ਸ਼ਿਕਾਰ ਹੋਇਆ ਜਿਹੜਾ ਅੱਗੇ ਦੀ ਅੱਗੇ ਵਿਕਿਆ ਪਰ ਕੀ ਹੋਇਆ ਸਹੀ ਹੱਥਾਂ ਦੇ ਵਿੱਚ ਆਉਣ ਕਰਕੇ ਕੀ ਹੋਇਆ ਇਹਦਾ ਪਾਲਣ ਪੋਸ਼ਣ ਹੋਇਆ ਤੇ ਇੱਕ ਸ਼ਾਸਕ ਬਣ ਗਿਆ ਇਹ ਸੋ ਥੈਂਕ ਯੂ ਜਿਹੜਾ ਅੱਜ ਦਾ ਆਪਣਾ ਟੌਪਿਕ ਸੀ ਇਹੀ ਸੀਗਾ ਕੱਲ ਨੂੰ ਆਪਾਂ ਮਿਲਾਂਗੇ ਇੱਕ ਨਵੇਂ ਸ਼ਾਸਕ ਦੇ ਨਾਲ ਇਲਤੋਤੂ ਮਿਸ਼ਰੀ ਦੀ ਸਟੋਰੀ ਪੜਾਂਗੇ ਆਪਾਂ ਕੱਲ ਨੂੰ ਸੋ ਅੱਜ ਦੀ ਵੀਡੀਓ ਨੂੰ ਬਤ ਬਤ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਮਿਲਦੇ ਆ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਸੋ ਥੈਂਕ ਯੂ ਟੇਕ ਕੇਅਰ ਬਾਏ ਬਾਏ